ਪਾਸੇ ਹਟ ਜਾਓ ਪਾਸੇ ਪੰਡਤ ਆਇਆ ਹੋਇਆ ਉਮਰ ਦੇ ਹਿਸਾਬ ਨਾਲ ਤੂਣਾ ਰਤਬਾ ਥੋੜਾ ਨਹੀਂ ਉਹ ਗਾਲਾਈ ਖਲਾਕੀ ਚੱਲਦਾ ਹਾਂਜੀ ਕੀ ਹਾਲ ਚੱਲ ਜੀ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬੀ ਇਨ ਯੂਰਪ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂ ਇਹ ਰਮਾਨੀਆ ਤੇ ਬਲਗਾਰੀਆ ਬਾਰੇ ਕਈ ਮੇਰੇ ਵੀਰ ਭਰਾਵਾਂ ਦੇ ਮੈਸੇਜ ਆਉਂਦੇ ਸੀ ਕਿ ਰਮਾਨੀਆ ਤੇ ਬਲਗਾਰੀਆ ਬਾਰੇ ਵੀ ਗੱਲ ਕਰੋ ਸਾਰੇ ਆਪਾਂ ਹੁਣ ਨਵੀਂ ਤੋਂ ਨਵੀਂ ਅਪਡੇਟ ਦਿਆ ਕਰਾਂਗੇ ਸੋ ਇਹ ਦਿਨ ਮੈਂ ਬਿਜ਼ੀ ਸੀਗਾ ਕੰਮ ਕਰਦੇ ਵਿੱਚ ਸੋ ਵੀਡੀਓ ਨਹੀਂ ਬਣਾ ਹੋਈ ਤੇ ਹੁਣ ਆਪਾਂ ਰੈਗੂਲਰ ਯੂਰਪ ਦੀਆਂ ਯੂਰਪੀਆ ਦੇ ਬਾਰੇ ਨਿਊਜ਼ਾਂ ਆਉਂਦੀਆਂ ਆਪਾਂ ਤੁਹਾਨੂੰ ਵੀਡੀਓ ਦੇ ਰਾਹੀਂ ਥੋੜੇ ਥੋੜੇ ਟਾਈਮ ਤੱਕ ਦਿੰਦੇ ਰਹਿਾਂਗੇ ਸੋ ਅੱਜ ਦੀ ਗੱਲਬਾਤ ਕਰਦੇ ਹਾਂ ਰូមਾਨੀਆ ਤੇ ਬਲਗਾਰੀਆ ਬਾਰੇ ਜਿੱਦਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਰូមਾਨੀਆ ਤੇ ਬਲਗਾਰੀਆ ਸ਼ੇਂਗਨ ਜ਼ੋਨ ਦੇ ਵਿੱਚ ਐਂਟਰ ਹੋ ਚੁੱਕਾ ਤੇ ਅੱਜ ਦੀ ਵੀਡੀਓ ਵਿੱਚ ਆਹ ਦੱਸਣਾ ਸੀ ਤੁਹਾਨੂੰ ਮੈਂ ਕਿ ਰូមਾਨੀਆ ਨੇ ਜਿਹੜਾ ਆਪਾਂ ਜ਼ਮੀਨੀ ਰਸਤਾ ਨਹੀਂ ਖੁੱਲਿਆ ਸੀਗਾ ਕਿ ਫਲਾਈਟਾਂ ਖੁੱਲ ਚੁੱਕੀਆਂ ਸੀਗੀਆਂ ਤੇ ਬਲਗਾਰੀਆ ਦਾ ਵੀ ਇਦਾਂ ਹੀ ਆ ਤੇ ਇਹਨਾਂ ਦੋਨਾਂ ਦੇਸ਼ਾਂ ਦੀਆਂ 31 ਮਾਰਚ ਨੂੰ ਖੁੱਲ ਜਾਣੀਆਂ ਸੋ ਜਿਹੜੇ ਜ਼ਮੀਨੀ ਰਸਤੇ ਆ ਉਹ ਹਾਲੇ ਵੀ ਬੰਦ ਕੀਤੇ ਹੋਏ ਆ ਉਹਨਾਂ ਨੇ ਤੇ ਫਲਾਈਟਾਂ ਆ ਉਹ 31 ਮਾਰਚ ਨੂੰ ਸਟਾਰਟ ਹੋ ਜਾਣਗੀਆਂ ਤੁਸੀਂ ਬਾਈਪਲੇਨ ਸ਼ੇਨਗਨ ਜ਼ੋਨ ਦੀਆਂ ਹਰ ਕੋਈ ਵੀ ਕੰਟਰੀਆਂ ਦੇ ਵਿੱਚ ਜਾ ਆ ਸਕਦੇ ਆ ਤੇ ਜਿਨ੍ਹਾਂ ਦਾ ਕੋਈ ਟੀਆਰਸੀ ਕਾਰਡ ਪੁਰਾਣਾ ਆ ਜਾਂ ਫਿਰ ਨਵਾਂ ਆ ਉਹਦਾ ਕੋਈ ਚੱਕਰ ਨਹੀਂਗਾ ਨਵੇਂ ਟੀਆਰਸੀ ਕਾਰਡ ਤੇ ਵੀ ਜਾ ਸਕਦੇ ਆ ਤੇ ਪੁਰਾਣੇ ਤੇ ਵੀ ਜਾ ਸਕਦੇ ਆ ਤੁਸੀਂ ਤੇ ਸਿਰਫ ਘੁੰਮਣ ਘੁੰਮਣ ਲਈ ਜਾ ਸਕਦੇ ਆ ਕੰਮ ਕੋਈ ਤੁਹਾਨੂੰ ਮਨਾਹੀ ਆ ਹਾਲੇ ਤੇ ਜਮਿਨੀ ਰਾਸਤੇ ਹਾਲੇ ਨਹੀਂ ਖੋਲੇ ਹੋਏ ਉਹਨਾਂ ਨੇ ਜਿੱਦਾਂ ਕਿ ਆਪਾਂ ਬੱਸਾਂ ਦੇ ਵਿੱਚ ਜਾਂ ਟ੍ਰੇਨਾਂ ਦੇ ਵਿੱਚ ਜਾਂ ਟੈਕਸੀ ਕਰਾ ਕੇ ਜਾਂਦੇ ਆ ਨਾ ਤੇ ਉਹ ਰਾਸਤੇ ਹਾਲੇ ਬੰਦ ਆ ਤੇ ਉਹ ਤਾਂ ਕੀਤੇ ਹੋਏ ਆ ਉਹਨਾਂ ਨੇ ਕਿਉਂਕਿ ਜ਼ਿਆਦਾਤਰ ਜਿਹੜੇ ਡੋਂਕੀ ਵਾਲੇ ਬੰਦੇ ਆ ਉਹ ਕੰਮ ਥੋੜਾ ਜਿਹਾ ਖਰਾਬ ਕਰਦੇ ਪਏ ਆ ਕਿਉਂਕਿ ਪਿਛਲੇ ਸਾਲ ਦੇ ਵਿੱਚ ਵੀ ਕਾਫੀ ਟੈਕਸੀ ਦੇ ਵਿੱਚ ਤੇ ਟੈਕਸੀ ਦੇ ਵਿੱਚ ਛੱਡ ਕੇ ਉਹਨਾਂ ਨੂੰ ਅਗਲੇ ਬਾਰਡਰ ਪਾਰ ਕਰਾ ਦਿੰਦੇ ਆ ਤੇ ਉੱਥੋਂ ਉਹ ਕਹਿੰਦੇ ਆ ਸੋ ਤਾਂ ਕਰਕੇ ਉਹਨਾਂ ਨੇ ਥੋੜਾ ਜਿਹਾ ਇਹ ਸਬਰ ਰੱਖਣ ਨੂੰ ਕਿਹਾ ਹੈ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਲੀਗਲ ਇਮੀਗਰੈਂਟ ਜਿਹੜੇ ਅੰਦਰ ਐਂਟਰ ਹੁੰਦੇ ਆ ਜਾਂ ਨਹੀਂ ਹੁੰਦੇ ਫਿਲਹਾਲ ਤਾਂ ਜਿਹੜੀਆਂ ਫਲਾਈਟਾਂ ਖੋਲੀਆਂ ਆ ਫਲਾਈਟ ਦੇ ਵਿੱਚ ਤੁਹਾਨੂੰ ਪਤਾ ਹੈ ਕੋਈ ਵੀ ਮਤਲਬ ਇਲੀਗਲ ਬੰਦਾ ਨਹੀਂ ਜਾ ਸਕਦਾ ਤੇ ਉਹ ਚੈਕਿੰਗ ਹੁੰਦੀ ਆ ਪੂਰੀ ਬੋਰਡਿੰਗ ਪਾਸ ਚੈੱਕ ਹੁੰਦਾ ਆ ਟੀਆਰਸੀ ਕਾਰਡ ਚੈੱਕ ਹੁੰਦਾ ਆ ਪਾਸਪੋਰਟ ਚੈੱਕ ਹੁੰਦਾ ਤੁਹਾਡਾ ਤਾਂ ਕਰਕੇ ਸੇ ਜਮੀਨੀ ਰਾਸਤੇ ਉਹ ਸ਼ਾਇਦ ਹੋ ਸਕਦਾ ਕਿ ਅਗਲੇ ਸਾਲ ਖੋਲਣ ਤੇ ਹੁਣ ਜਿਹੜੀ ਨਵੀਂ ਅਪਡੇਟ ਵੱਡੀ ਨਿਕਲ ਕੇ ਆਈ ਆ ਕਿ ਬਲਗਾਰੀਆਂ ਵਾਲਿਆਂ ਨੇ ਅਪੀਲ ਕੀਤੀ ਸੀ ਇਹ ਸਾਨੂੰ ਦੱਸੋ ਕਿ ਜ਼ਮੀਨੀ ਰਸਤਾ ਕਦੋਂ ਖੁੱਲਿਆ ਜਾਊਗਾ ਤੇ ਸਾਡੀ ਕੰਟਰੀ ਦੇ ਵਿੱਚ ਸਾਨੂੰ ਯੂਰੋ ਕਦੋਂ ਯੂਰੋ ਜ਼ੋਨ ਦੇ ਵਿੱਚ ਕਦੋਂ ਸ਼ਾਮਿਲ ਕੀਤਾ ਜਾਵੇਗਾ ਜਿਹੜੀ ਆ ਅਪਡੇਟ ਉਹਨੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਦੇ ਦਿੱਤੀ ਆ ਜਿਹੜਾ ਕਿ ਰੋਮਾਨੀ ਉਹਦਾ ਬਲਗਾਰੀਆ ਦਾ ਆ ਸੋ ਰੋਮਾਨੀਆ ਵੱਲੋਂ ਹਾਲੇ ਕੋਈ ਅਪਡੇਟ ਨਹੀਂ ਆਈ ਤੇ ਬਲਗਾਰੀਆ ਦੇ ਜਿਹੜਾ ਪ੍ਰਧਾਨ ਮੰਤਰੀ ਆ ਉਹਨੇ ਅਪਡੇਟ ਦੇ ਦਿੱਤੀ ਆ ਉਹਨੇ ਕਾਫੀ ਮੀਟਿੰਗ ਕੀਤੀ ਹੋਈ ਸੀਗੀ ਯੂਰਪੀ ਯੂਨੀਅਨ ਆ ਜਰਮਨੀ ਹੋ ਗਿਆ ਜਦਾਂ ਆਸਟਰੀਆ ਹੋ ਗਿਆ ਤੇ ਹੋਰ ਤਿੰਨ ਚਾਰ ਦੇਸ਼ਾਂ ਨੇ ਰਲ ਕੇ ਉਹਨੇ ਆਪਣੀ ਮੀਟਿੰਗ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਪੁੱਛਿਆ ਸੀਗਾ ਉਹਨੇ ਰਮਾਨੀਆ ਬਲਗਾਰੀਆ ਦੇ ਜਿਹੜਾ ਪ੍ਰਧਾਨ ਮੰਤਰੀ ਆ ਕਿ ਸਾਨੂੰ ਯੂਰੋ ਸਾਡੇ ਦੇਸ਼ 'ਚ ਕਦੋਂ ਸਟਾਰਟ ਹੋਣਗੇ ਤੇ ਜ਼ਮੀਨੀ ਰਾਸਤਾ ਕਦੋਂ ਖੋਲਿਆ ਜਾਵੇਗਾ ਤੇ ਹੁਣ ਜਿਹੜੀ ਅਪਡੇਟ ਨਿਕਲ ਕੇ ਸਾਹਮਣੇ ਆਈ ਆ ਉਹਨਾਂ ਦਾ ਕਹਿਣਾ ਇਹੇ ਆ ਕਿ ਅਗਲੇ ਸਾਲ 2025 1 ਜਨਵਰੀ ਤੋਂ ਜਿਹੜਾ ਬਲਗਾਰੀਆ ਆ ਉਹਦੇ ਵਿੱਚ ਯੂਰੋ ਚੱਲਣੇ ਸਟਾਰਟ ਹੋ ਜਾਣਗੇ ਤੇ ਜਿਹੜਾ ਜ਼ਮੀਨੀ ਰਸਤਾ ਹੈ ਉਹ ਵੀ ਖੁੱਲ ਜਾਊਗਾ ਤੇ ਹੁਣ ਨਵੀਂ ਵੱਡੀ ਅਪਡੇਟ ਇਹੀ ਆ ਤੇ ਰਮਾਨੀਆਂ ਦੇ ਹਾਲੇ ਤੱਕ ਕੋਈ ਵੀ ਦਾਦਾ ਮੁੱਦਾ ਨਹੀਂ ਉਠਾਇਆ ਉਹਨਾਂ ਨੂੰ ਹਲੇ ਨਾ ਯੂਰੋ ਚਾਹੀਦਾ ਆ ਤੇ ਨਾ ਹੀ ਜ਼ਮੀਨੀ ਰਾਸਤੇ ਦੀ ਕੋਈ ਅਪਡੇਟ ਦਿੱਤੀ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡੀ ਕੰਟਰੀ ਦੇ ਵਿੱਚ ਸਾਡੇ ਹੀ ਜਿਹੜੇ ਪੈਸੇ ਆ ਉਹੀ ਚੱਲਣ ਸਾਡੀ ਕਰੰਸੀ ਤੇ ਅਸੀਂ ਯੂਰੋ ਨਹੀਂ ਲੈਣਾ ਚਾਹੁੰਦੇ ਹਾਲੇ ਫਿਲਹਾਲ ਹਾਂ ਦੇਖਾਂਗੇ ਅੱਗੇ ਕਿਤੇ ਸਾਡਾ ਜੇ ਮਤਲਬ ਮੰਨ ਮੰਦਾ ਆ ਜਾਂ ਮੌਕਾ ਮਿਲਦਾ ਤਾਂ ਅਸੀਂ ਜ਼ਰੂਰ ਮਤਲਬ ਅਪੀਲ ਕਰਾਂਗੇ ਫਿਲਹਾਲ ਸਾਨੂੰ ਕੋਈ ਵੀ ਯੂਰੋ ਦੀ ਲੋ ਤੇ ਬਲਗਾਰੀਆ ਦੇ ਵਿੱਚ ਇਹ ਹੁਣ ਯੂਰੋ ਜ਼ੋਨ ਜਿਹੜਾ ਆ ਉਹ ਸ਼ਾਮਿਲ ਹੋ ਜਾਣਾ ਅਗਲੇ ਸਾਲ 2025 ਤੋਂ 1 ਜਨਵਰੀ ਦੇ ਵਿੱਚ ਵਿੱਚ ਤੇ ਜਿਹੜਾ ਦੇ ਹੁਣ ਵੀਜ਼ਾ ਲੱਗਣਾ ਆ ਜਿਹੜੇ ਇੰਡੀਆ ਬੈਠੇ ਆ ਕਈ ਮੈਨੂੰ ਮੈਸੇਜ ਕਰਦੇ ਹੁੰਦੇ ਵੀਰ ਭਰਾ ਕਿ ਸਾਡਾ ਹੁਣ ਵੀਜ਼ਾ ਲੱਗਣਾ ਹੈ ਸ਼ੈਨਗਨ ਉਹਦਾ ਸ਼ੈਨਗਨ ਦਾ ਵੀਜ਼ਾ ਲੱਗਣਾ ਆ ਜਾਂ ਮਤਲਬ ਪਹਿਲਾਂ ਵਾਲਾ ਵੀਜ਼ਾ ਲੱਗਣਾ ਤੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਹੁਣ ਸ਼ੈਨਗਨ ਜ਼ੋਨ ਦੇ ਵਿੱਚ ਐਂਟਰ ਹੋ ਚੁੱਕਾ ਰਮਾਨੀਆ ਤੇ ਬਲਗਾਰੀਆ ਜਿਹੜਾ ਤੁਹਾਡਾ ਵੀਜ਼ਾ ਲੱਗਣਾ ਆ ਉਹ ਹੁਣ ਸ਼ੈਨਗਨ ਵਾਲਾ ਹੀ ਲੱਗਣਾ ਸਟicker ਤੇ ਤੁਹਾਨੂੰ ਦਿੱਕਤ ਕੋਈ ਨਹੀਂ ਆ ਮਤਲਬ ਕੋਈ ਵੀ ਜਿੰਤਾ ਕਰਨ ਦੀ ਲੋੜ ਨਹੀਂ ਹੈ ਤੇ ਹੁਣ ਜਿਹੜਾ ਵੀ ਆ ਸ਼ੈਨਗਨ ਜ਼ੋਨ ਦੇ ਵਿੱਚ ਹੀ ਆਉਣਾ ਸਾਰਿਆਂ ਨੇ ਜਿਨ੍ਹਾਂ ਦਾ ਵੀ ਹੈਗਾ ਆ ਸੋ ਖਿਆਲ ਇਹ ਰੱਖਿਓ ਕਿ ਜ਼ਿਆਦਾ ਪੈਸੇ ਦੇ ਕੇ ਨਾ ਆਇਓ ਏਜੰਟਾਂ ਨੂੰ ਜਿਹੜਾ ਜਿਹੜੀ ਚ ਰਕਮ ਚੱਲਦੀ ਪਈ ਆ ਉਹੀ ਦੇ ਕੇ ਆਇਓ ਤੇ ਤੁਹਾਡੇ ਲਈ ਬਹੁਤ ਵਧੀਆ ਗੱਲ ਆ ਤੇ ਬਾਕੀ ਅਗਲੀ ਨਵੀਂ ਤੋਂ ਨਵੀਂ ਅਪਡੇਟ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਤੇ ਕਰਦੇ ਆਂ ਵੀਡੀਓ ਨੂੰ ਖਤਮ ਧੰਨਵਾਦ ਸਾਰਿਆਂ ਦਾ ਬਣੇ ਰਹੋ ਮੇਰੇ YouTube ਚੈਨਲ ਨਾਲ ਤੇ ਹੋਰ ਅੱਗੇ ਇਦਾਂ ਦੀਆਂ ਵੀਡੀਓ ਦੇਖਣ ਨੂੰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਦਿਆ ਕਰੋ ਧੰਨਵਾਦ